Assalamu alaikum wa rahmatullahi wa barakatuh. Lakhon karon durood hazur Nabi Pak sallallahu alaihi wasallam aur aapki aal par. Janab alhamdulillah azza wa jal assi ja rahe hain aaj Manchester. Utthe ik khatam sharif di daawat hai. Janab sade naal ne Khalsa wale Shabaz Badai sahab Jalalpur Jatta aur chote bhai Amar bhai theek hai ji. ਇਹ ਜਿਹੜੀ M6 ਹੈ ਨਾ ਅੱਜ ਉਹਦੇ ਦਾ ਬਹੁਤ ਜ਼ਿਆਦਾ ਰਸ਼ ਸੀ ਬਹੁਤ ਜ਼ਿਆਦਾ ਹੁਣ ਸਾਨੂੰ ਜਨਾਬ ਸ਼ੀਲਾ ਲੈ ਕੇ ਆ ਰਹੀ ਜੇ ਕੋਈ ਨਵੀਂ ਉਹਨਾਂ ਇਜਾਦ ਕਰਾਈ ਹੈ ਰੋਡ ਸਾਡੇ ਵਾਸਤੇ ਨਵੀਂ ਸਪੈਸ਼ਲ ਨਾ ਉਹਨਾਂ ਹੈ ਜੀ ਨਾਲ ਸ਼ਬਾਦ ਬੜਾਏ ਸਾਹਿਬ ਔਰ ਇਹਨੇ ਨਾਲ ਹੀ ਕੋ ਹੋਰ ਤੁਸਾਂ ਹੀ ਗੱਲ ਬਾਣਾਂਗੇ ਸ਼ਬਾਦ ਬੜਾਏ ਸਾਹਿਬ ਦੇ ਕਜ਼ਨ ਸੱਕੇ ਕਤੀਰ ਸਾਡੇ ਵੀ ਕਜ਼ਨ ਨੋ ਅਮਰ ਦੇ ਤੇ ਮੇਰੇ ਵੀ ਕਜ਼ਨ ਨਹੀਂ ਗੱਲ ਅਮਰ ਜਨਾਬ ਇੱਜ਼ਤ ਏ ਮਾਂ ਮੋਹਤਰਮ ਰਾਸ਼ਦ ਤਰਮਿਜ਼ੀ ਸਾਹਿਬ ਉਹ ਸਾਡੇ ਨਾਲ ਧਰੋਹ ਕਰ ਗਏ ਨੇ ਉਸ ਇਸ ਖਤਮ ਦਾ ਦਾਵਤ ਦਾ ਸਪੈਸ਼ਲ ਉਹਨਾਂ ਨੂੰ ਇਨਵੀਟੇਸ਼ਨ ਕਾਰਡ ਸੀ ਇਹ ਗੱਲ ਹੈ ਸ਼ਬਾਦ ਸਾਹਿਬ ਬੇਸ਼ੱਕ ਜੀ ਬੇਸ਼ੱਕ ਤੇ ਉਹਨਾਂ ਨੇ ਕੀ ਕੀਤਾ ਸਾਡੇ ਨਾਲ ਆਖਰੀ ਟਾਈਮ ਤੇ ਆ ਗਏ ਦੇਖੋ ਜੀ ਅਸਾਂ ਉਹਨਾਂ ਨੂੰ ਫੋਨ ਕੀਤਾ ਜਨਾਬ ਉਹ ਆਦੇ ਨਹੀਂ ਜੀ ਨੈਕਸਟ ਵੀਕ ਹੋ ਸਕਦਾ ਅੱਗੇ ਸੀ ਹਫਤਾ ਡੇਢ ਦੋ ਵੀਕਾਂ ਉਹਨਾਂ ਵਾਸਤੇ ਹੀ ਜਿਹੜਾ ਨਾ ਡਿਲੇ ਕੀਤਾ ਵੀ ਬੱਚੇ ਛੱਚੇ ਸਕੂਲਾਂ 'ਚ ਜਾਂਦੇ ਨੇ ਪਏ ਟ੍ਰੈਫਿਕ ਜਿਹੜੀ ਅਸੀਂ ਨਵੀਂ ਰੋਡ ਇਜਾਦ ਕੀਤੀ ਹੈ ਸਾਡੇ ਸ਼ੀਲਾ ਨੇ ਉਹਦੇ 'ਤੇ ਵੀ ਟ੍ਰੈਫਿਕ ਟਕਾਵੀ ਹੈ ਹੁਣ ਜਾਂਦੇ ਹਾਂ ਵੀ ਅਸੀਂ ਅਸਲ ਜਾ ਰਹੇ ਹਾਂ ਬਲ ਜੇ ਜਾ ਕੇ ਤਾਂ ਤੁਹਾਨੂੰ ਉੱਥੇ ਹੀ ਤਕਾਂਗੇ ਨਾ ਵੀ ਕੀ ਮਾਮਲਾਤ ਚੱਲ ਰਹੇ ਨੇ ਤਾਂ ਕਿਹਦੀ ਦਾਵਤ ਸੀ ਅਤੇ ਕਿਹਦਾ ਮਤਲਬ ਖਤਮ ਸ਼ਰੀਫ ਹੈ ਅਸਲ 'ਚ ਨਾ ਦਾਵਤ ਉਸ ਸਿਲਸਿਲੇ 'ਚ ਹੈ ਅਤੇ ਅਸੀਂ ਹੁਣ ਅੱਲਾ ਖੈਰ ਰੱਖਿਆ ਅਤੇ ਟ੍ਰੈਫਿਕ 'ਚੋਂ ਜਿਹੜੇ ਨਿਕਲਾਂਗੇ ਉੱਥੇ ਪੂਜਣ 'ਚ ਕਿਹਾ ਤਾਂ ਫਿਰ ਇਹ ਨਵਾਂ ਰਸਤਾ ਤੁਹਾਨੂੰ ਦੱਸ ਰਿਹਾ ਮੈਂ ਅਗਰ ਤੁਸੀਂ ਜਾਣਾ ਹੋਇਆ ਨਾ ਕਿਉਂਕਿ ਇੱਧਰ ਦੱਸ ਰਹੇ ਸੀ M6 ਜੰਕਸ਼ਨ ਜਿਹੜਾ ਨਾ 13-14 ਉਹਦੇ 'ਤੇ ਐਕਸੀਡੈਂਟ ਹੋਇਆ ਸੀ ਜਿਹੜਾ ਮਾਹੌਲ ਬੜਾ ਸੋਹਣਾ ਸਾਡਾ ਤਾਂ ਇੱਧਰ ਮੈਂ ਗਾਵਾਂ ਵੀ ਤੱਕੀਆਂ ਮੈਂ ਚਲੋ ਫਿਰ ਤਕਾਵਾਂਗਾ ਉਹ 13-14 ਜਿਹੜਾ ਜੰਕਸ਼ਨ ਹੈ ਉੱਥੇ ਕੋਈ ਐਕਸੀਡੈਂਟ ਵੱਜਿਆ ਸੀ ਅਤੇ ਸਿਰਫ ਮੇਰਾ 45 ਮਿੰਟ ਦੀ ਡਿਲੇ ਦੱਸਦਾ ਸੀ ਪਿਆ ਹਜ਼ਾਰ ਜੇ 45 ਦੱਸਦਾ ਤਾਂ ਸਮਝੋ ਘੰਟੇ ਤੋਂ ਵੀ ਪਲੱਸ ਹੋ ਸਕਦੇ ਨੇ ਸਵਾ ਘੰਟਾ ਹੋ ਸਕਦਾ ਤਾਂ ਅਸਾਂ ਆਖਿਆ ਸ਼ੀਲਾ ਨੂੰ ਉਹਨੇ ਆਖਿਆ ਕੋਈ ਮਸਲਾ ਨਹੀਂ ਹੈ ਨਾਲ ਸ਼ਬਾਜ਼ ਭਾਈ ਨੇ ਅਤੇ ਇਹਨਾਂ ਵਾਸਤੇ ਕੋਈ ਅਸੀਂ ਕਿਉਂਕਿ ਮੈਨੂੰ ਸ਼ੀਲਾ ਵੀ ਨਵੀਂ ਆਈ ਲੈ ਕੇ ਦਿੱਤੀ ਆ ਅਮਰ ਸਾਹਿਬ ਨੇ ਅਤੇ ਦਲਾਨ ਸਾਹਿਬ ਨੇ ਨਾ ਤਾਂ ਹੁਣ ਅਸੀਂ ਆਪਣੇ ਸਫ਼ਰ 'ਤੇ ਰਵਾਂ ਦੇਵਾਂ ਤਾਂ ਬਾਕੀ ਗੱਲਾਂ ਚੱਲ ਗਿਆ ਤਕਾਵੇ ਉੱਥੇ ਹੀ ਠੀਕ ਹੈ ਜੀ ਥੈਂਕ ਯੂ ਅੱਛਾ ਜਨਾਬ ਸ਼ੀਲਾ ਨੇ ਸਾਨੂੰ ਲਿਆਂਦਾ ਅਤੇ ਪ੍ਰੋਪਰ ਕੰਟਰੀ ਸਾਈਡ ਹੈ ਜਿਸ ਤਰ੍ਹਾਂ ਬਰਾਲਾ ਛਾਪੜ ਅਤੇ ਪੰਘਾਲੀ ਜਾਈਦੇ ਨੇ ਰਾਸ਼ਦ ਸਾਹਿਬ ਇਹ ਤੁਹਾਨੂੰ ਦੱਸ ਰਿਹਾ ਤੁਸੀਂ ਕਿੱਧਰੇ ਇੱਧਰ ਜਾਪ ਲੈ ਕੇ ਉੱਧਰ ਭੇਡਾਂ ਵੀ ਹੈ ਸਰ ਪਰ ਹੁਣ ਇੱਥੇ ਜਗ੍ਹਾ ਨਹੀਂ ਹੈ ਉਹ ਗੱਲ ਆਉਂਦੀ ਰੋਕਣ ਦੀ ਰਾਸ਼ਦ ਸਾਹਿਬ ਸਪੈਸ਼ਲ ਮੈਂ ਤੁਹਾਨੂੰ ਦੱਸ ਰਿਹਾ ਜਿਹੜਾ ਤੁਸੀਂ ਧਰੋਹ ਕੀਤਾ ਨਾ ਇੱਧਰ ਗਾਵਾਂ ਵੀ ਹੈ ਸੀ ਜੇ ਸਾਈਡ 'ਤੇ ਅਤੇ ਪ੍ਰੋਪਰ ਇਹ ਕੰਟਰੀ ਸਾਈਡ ਦਾ ਏਰੀਆ ਜੇ ਅਤੇ ਸ਼ੀਲਾ ਵੀ ਬੋਲਦੀ ਹੈ ਠੀਕ ਹੈ ਸ਼ੀਲਾ ਰਾਣੀਏ ਸ਼ੀਲਾ ਬੋਲਦੀ ਹੈ ਜੀ ਅਮਰ ਨੇ ਇਤਰਾਨ ਨੇ ਸ਼ੀਲਾ ਨਵੀਂ ਲੈ ਕੇ ਦਿੱਤੀ ਹੈ ਅਤੇ ਇਹ ਜਨਾਬ ਪ੍ਰੋਪਰ ਹੁਣ ਸਾਨੂੰ ਜਿਹੜਾ ਅੱਗੇ ਸ਼ਬਾਦ ਭਾਈ ਆਦਰ ਵੀ ਇੱਥੇ ਦੂਈ ਗੱਡੀ ਆ ਜਾਏ ਅਤੇ ਮੈਂ ਦੂਈ ਆ ਜਾਏ ਅਤੇ ਫਿਰ ਅੱਲਾ ਵਾਰਸ ਹੈ ਸਾਹ ਘੁੱਟਾ ਹੈਗਾ ਉਹ ਵੀ ਦੱਸ ਵੀ ਸਾਹ ਘੁੱਟਾਂਗੇ ਤਾਂ ਤਾਂ ਹੀ ਨਿਕਲਿਆ ਜੀ ਇਹ ਜਨਾਬ ਅਸੀਂ ਹੁਣ ਸਫ਼ਰ ਜਾਰੀ ਹੈ ਅੱਲਾ ਪਾ ਖੈਰ ਖੈਰ ਕਰੇ ਨੇ ਸਹੀ ਪਤਾ ਲੱਗਦਾ ਬਰਾਲਾ ਛੱਪੜ ਤਾਂ ਪੰਘਾਲੀ ਉੱਥੇ ਸਿਰਫ ਜ਼ਰਾ ਵੈ ਰੋਡ ਟੁੱਟੀ ਹੁੰਦੀ ਹੈ ਤਾਂ ਬਾਕੀ ਸਾਹ ਘੁੱਟ ਕੇ ਹੀ ਜਾਣਾ ਪੈਂਦਾ ਜਨਾਬ ਇਹ ਦੇਖ ਲਓ ਥੋੜ੍ਹੀ ਜਿਹੀ ਟੇੜੀ ਕਰ ਗਿਆ ਅਸੀਂ ਤੁਹਾਨੂੰ ਸਕਰੀਨ ਸ਼ੋਅ ਕਰਾ ਰਹੇ ਹਾਂ ਕਿ ਸਟਿਲ ਅਜੇ ਦੂਸਰੀ ਸਾਈਡ 'ਤੇ ਇਹ ਵੀ ਟ੍ਰੈਫਿਕ ਹੈ M6 'ਤੇ ਸਾਨੂੰ ਜਿਹੜੀ ਹੈ ਨਾ ਇਹਨੇ ਸਾਡੀ ਮਲੰਗਣੀ ਨੇ ਫੇਰ ਗਿਆ ਲੈਣ ਦਾ ਗਰਾਵਾਂ ਪਿੰਡਾਂ ਮਹੱਲਿਆਂ ਥਾਵਾਂ 'ਚੋਂ ਅਤੇ ਅਸੀਂ ਇਨਸ਼ਾਅੱਲਾ ਉਮੀਦ ਹੈ ਹੁਣ ਉਮੀਦ ਵਾਸਕ ਹੋ ਗਈ ਹੈ ਕਿ ਅੱਲਾ ਖੈਰ ਰੱਖਿਆ ਸੀ ਘੰਟੇ ਕੁ ਤੱਕ ਜਿਹੜੇ ਨੇ ਪਹੁੰਚ ਜਾਵਾਂਗੇ ਮੁੜਿਓ ਕੀ ਹਾਲ ਹੋ ਨਹੀਂ ਤਾਂ ਸਾਡਾ ਜਿਹੜੇ ਨੇ ਹਾਲਾਤ ਪਤਲੇ ਹੋ ਗਏ ਸਰ ਸ਼ਬਾਜ ਭਾਈ ਵੀ ਥੱਕੇ ਥੱਕੇ ਲੱਗਦੇ ਸਰ ਪੇ ਤਾਂ ਹੁਣ ਇਨਸ਼ਾਅੱਲਾ ਉਮੀਦ ਹੈ ਕਿ ਅਸੀਂ ਟਾਈਮ ਨਾਲ ਪਹੁੰਚ ਜਾਵਾਂਗੇ ਕਿਉਂਕਿ ਖਤਮ ਤੋਂ ਅੱਗੇ ਹੀ ਕਾਫੀ ਲੇਟ ਹੋ ਗਏ ਹਾਂ ਅਤੇ ਸ਼ਬਾਜ਼ ਸਾਹਿਬ ਨੇ ਜਾਣਾ ਤਾਂ ਦੁਆ ਆਖਣੀ ਹੈ ਕਿਉਂਕਿ ਅਸਲ ਜਿਹੜੇ ਮੇਨ ਸਨ ਸਾਡੇ ਖਤਮ ਪੜ੍ਹਨ ਵਾਲੇ ਉਹ ਅਲਾਮਾ ਰਾਸ਼ਦ ਸਾਹਿਬ ਸਰ ਉਹਨਾਂ ਦੀ ਵਜ੍ਹਾ ਤੋਂ ਸਾਡੀ ਅੱਗੋਂ ਵੀ ਬੜੀ ਲਿਆਈ ਹੁੰਦੀ ਹੈ ਵੀ ਕਿ ਜੀ ਮੌਲਵੀ ਸਾਹਿਬ ਤੁਹਾਨੂੰ ਨਾਲ ਲਿਆਉਣੇ ਸਨ ਅਤੇ ਠੀਕ ਹੈ ਰਾਸ਼ਦ ਭਾਈ ਅੱਲਾ ਪਾਕ ਤੁਹਾਨੂੰ ਸਿਹਤ ਤੰਦਰੁਸਤੀ ਦਿਆ ਕੀਤਾ ਤਾਂ ਧਰੋਹ ਜੇ ਸ਼ਬਾਜ਼ ਸਾਹਿਬ ਇਹੀ ਗੱਲ ਹੋਈ ਹੈ ਬਿਲਕੁਲ ਕਿਉਂਕਿ ਰਾਸ਼ਦ ਸਾਹਿਬ ਤੋਂ ਬਗੈਰ ਗੱਡੀ ਦੀ ਜਿਹੜੀ ਨਹੀਂ ਇਹ ਵੀ ਆ ਗਏ ਨੇ ਵੀ ਮੌਲਵੀ ਸਾਹਿਬ ਨੂੰ ਹੁਣ ਰਾਸ਼ ਆਪਣਾ ਰਾਸ਼ਦ ਦੀ ਜਗ੍ਹਾ ਇਦਰਾਨ ਸਾਹਿਬ ਤਾਂ ਸ਼ਬਾਜ਼ ਹੀ ਹੈ ਨਾ ਕੋਈ ਉੱਥੇ ਕੋਈ ਪੜ੍ਹਨ ਛੜਨਗੇ ਕਿਉਂਕਿ
ਗੱਡੀ ਸਾਡੀ ਵੀ ਮੇਨ ਬੰਦਾ ਅਮਰ ਹੈ ਅੱਛਾ ਅੱਛਾ ਅਮਰ ਸਾਹਿਬ ਮੈਂ ਅਜਾ ਉਹ ਰਾਸ਼ ਦੀ ਜਗ੍ਹਾ ਨੂੰ ਇਹ ਪੂਰ ਕਰਨੀ ਪੂਰ ਕਰਨੀ ਠੀਕ ਹੈ ਜੀ ਪਰ ਰਾਸ਼ ਸਾਹਿਬ ਤੁਹਾਡੀ ਹੈ ਸੀਟ ਅਜੇ ਵੀ ਵਿੱਚ ਨਹੀਂ ਮਿਡਲ ਵਾਲੀ ਸੀਟ ਖਾਲੀ ਹੈ ਸਾਰਾ ਰੱਖੀ ਹੈ ਔਰ ਫੋਟੋ ਵੀ ਰੱਖੀ ਹੈ ਰਾਸ਼ਦ ਦੀ ਨਾਲੋਂ ਨਜ਼ਰ ਨਹੀਂ ਆ ਰਹੀ ਹੁਣ ਚਲੋ ਅੱਲਾ ਪਾਕ ਸਿਹਤ ਤੰਦਰੁਸਤੀ ਦਿਆਂ ਰਾਜ ਸਾਹਿਬ ਤੁਸੀਂ ਕੰਮ ਕਰੋ ਜ਼ਰਾ ਕੰਮ ਵੀ ਜ਼ਰੂਰੀ ਹੈ ਨਹੀਂ ਯਾਰ ਕੰਮ ਤੋਂ ਬਗੈਰ ਅਸੀਂ ਵਿਹਲੇ ਨਿਕੰਮੇ ਬੰਦੇ ਸਾਰੇ ਤੇ ਚਲੋ ਅੱਲਾ ਪਾਕ ਖੈਰ ਕਰੇ ਮਿਲਨੇ ਆ ਜਾਂ ਹੁਣ ਅੱਗੇ ਚੱਲ ਕੇ ਜਿਹੜੇ ਨੇ ਖਤਮ ਵਾਲੀ ਜਗ੍ਹਾ 'ਤੇ ਇਨਸ਼ਾਅੱਲਾ ਸਿਰਫ ਤੁਹਾਨੂੰ ਇਨਫੋਰਮੇਸ਼ਨ ਦੇਣੀ ਸੀ ਕਿ ਇਨਸ਼ਾਅੱਲਾ ਬਸੰਤੀ ਜਿਹੜੀਆਂ ਨੇ ਜਿਹੜੀਆਂ ਸੁਰਾਂ ਥੋੜ੍ਹੀਆਂ ਜਿਹੀਆਂ ਖੋਲ੍ਹਣੇ ਆ ਹੁਣ ਅਸੀਂ ਕਿਉਂਕਿ ਰੋਡ ਥੋੜ੍ਹੀ ਫਰੀ ਲੱਭ ਰਹੇ ਤਾਂ ਫਿਰ ਸੁਰਾਂ ਖੁੱਲ੍ਹਦੀ ਯਾਰ ਅਤੇ ਬਾਕੀ ਅੱਗੇ ਚੱਲ ਕੇ ਗੱਲਾਂ ਕਰ ਜਨਾਬ ਅਲਹਮਦੁਲਿਲਾ ਜਦੋਂ ਅਸੀਂ ਆਪਣੀ ਮੰਜ਼ਿਲ 'ਤੇ ਪਹੁੰਚ ਆਏ ਹਾਂ ਤਾਂ ਇਹ ਜਨਾਬ ਸਾਹਮਣੇ ਸਾਡੇ ਭਾਈਜਨ ਸ਼ਹੀਦ ਸਾਹਿਬ ਸ਼ਬਾਜ਼ ਬੜਾਇਜ ਸਾਹਿਬ ਦੇ ਨਾਲ ਅਮਰ ਸਾਹਿਬ ਇਹ ਜਨਾਬ ਅਮਦੀ ਸ਼ਹੀਦ ਸਾਹਿਬ ਨੇ ਪੁੱਛਿਆ ਰਾਸ਼ਦ ਸਾਹਿਬ ਮੈਂ ਜੀ ਰਾਸ਼ਦ ਸਾਹਿਬ ਜ਼ਰਾ ਬਿਜ਼ੀ ਸਨ ਤਾਂ ਹੁਣ ਇਹਦਾ ਜਵਾਬ ਦੇਣਗੇ ਸ਼ਬਾਜ਼ ਸਾਹਿਬ ਕਿਉਂ ਜੀ ਇਹ ਜਨਾਬ ਅਸੀਂ ਆ ਗਏ ਇੱਥੇ ਲਾਹੌਰੀ ਇਹ ਲਾਹੌਰੀ ਕੜਾਈ 'ਤੇ ਪਹੁੰਚੇ ਹਾਂ ਜਨਾਬ ਇੱਥੇ ਹੀ ਇਹ ਤਮਾਮ ਕੀਤਾ ਗਿਆ ਖਤਮ ਸ਼ਤਮ ਦਾ ਦੁਆ ਸ਼ਵਾ ਇੱਥੇ ਹੀ ਆਖਾਂਗੇ ਇੱਥੇ ਹੀ ਬਵਾਂਗੇ ਅਤੇ ਅੰਦਰ ਚੱਲਦੇ ਹਾਂ ਦੇਖਦੇ ਹਾਂ ਭਾਈ ਸਾਜਦ ਹੋਰੀ ਵੀ ਹੋਣਗੇ ਇਨਸ਼ਾਅੱਲਾ ਜਨਾਬ ਇਹ ਛੋਟੇ ਭਾਈਜਨ ਸਾਜਦ ਸਾਹਿਬ ਵੀ ਮੁਲਾਕਾਤ ਫਰਮਾ ਰਹੇ ਅਸਲਾਮ ਜਨਾਬ ਮਾਸ਼ਾਅੱਲਾ ਖਤਮ ਸ਼ਰੀਫ ਆਖਣ ਵਾਸਤੇ ਰੈਡੀ ਲਾਹੌਰੀ ਕੜਾਈ ਇਹਨਾਂ ਦਾ ਜਨਾਬ ਸਿਸਟਮ ਹੈ ਅੰਦਰ ਆਉਂਦੇ ਜਨਾਬ ਮਾਸ਼ਾਅੱਲਾ ਵਾਕਿਆ ਬੰਦੇ ਖਤਮ ਵਾਸਤੇ ਰੈਡੀ ਸਨ ਜੀ ਕਬਾਬ ਕਬਾਬ ਨਾਲ ਲੈਂਦੇ ਅਤੇ ਬਾਕੀ ਜਿਹੜੀਆਂ ਨੇ ਦੁਆ ਦਾ ਤਮਾਮ ਕਰਦੇ ਆ ਇਨਸ਼ਾਅੱਲਾ ਇਹ ਦੇਖੋ ਜੀ ਸਾਜਦ ਸਾਹਿਬ ਹੋਰ ਸਾਜਦ ਭਾਈ ਨੇ ਕੀ ਹਾਲ ਹੈ ਤੁਹਾਡੀ ਸਿਹਤ ਸਿਹਤ ਠੀਕ ਹੈ ਬਸ ਜੀ ਫਿਰ ਚੇਕ ਕਰੀਏ ਇਹ ਦੇਖੋ ਮਾਸ਼ਾਅੱਲਾ ਇਹ ਅਲਾਮਾ ਇਜ਼ਲਾਨ ਸਾਹਿਬ ਮਾਸ਼ਾਅੱਲਾ ਬਹਿ ਗਏ ਸੀਟ 'ਤੇ ਇਹਨਾਂ ਕੋਲ ਜਿਹੜਾ ਸਾਰਾ ਕੁਝ ਮਾਸ਼ਾਅੱਲਾ ਤਬਾਰਕ ਅੱਲਾ ਪਹੁੰਚਾਇਆ ਤੋ ਸਾਜਦ ਭਾਈ ਜਨ ਫੋਨ ਦਾ ਮਸਰੂਫ ਨੇ ਨਾਲ ਨਾਲ ਜਿਹੜਾ ਤੁਹਾਨੂੰ ਟਕਾਲੂ ਹੈ ਸਾਇੰਸ ਤੂੰ ਤਾਂ ਬਹਿਣੀ ਅਸੀਂ ਬਹਿੰਦੇ ਸ਼ਬਾਜ਼ ਸਾਹਿਬ ਜੀ ਆ ਗਏ ਜਨਾਬ ਇਹ ਚੀਜ਼ਾਂ ਜਿਹੜੀਆਂ ਨਾ ਕਿ ਰਾਸ਼ਦ ਭਾਈ ਤੁਹਾਨੂੰ ਬਹੁਤ ਮਿਸ ਕਰ ਰਹੇ ਬਾਕੀ ਇਨਸ਼ਾਅੱਲਾ ਜਿਹੜਾ ਨਾਲ ਨਾਲ ਤੁਹਾਨੂੰ ਟਕਾਉਂਦੇ ਜਾਂਦੇ ਹਾਂ ਠੀਕ ਹੈ ਜੀ ਮਾਸ਼ਾਅੱਲਾ ਸੋਹਣਾ ਧੂੰਆਂ ਨਿਕਲ ਰਿਹਾ ਜੀ ਜ਼ਬਰਦਸਤ ਚਰਖਾ ਜਿਹਾ ਨਜ਼ਰ ਆਉਂਦਾ ਪਿਆ ਭਾਈ ਹੁਣ ਕੀ ਹੋਇਆ ਅੱਜ ਹੀ ਸਾਜਦ ਸਾਹਿਬ ਕੁਝ ਫਰਮਾ ਰਹੇ ਸਨ ਪਰ ਨਾਲ ਯਕਦਮ ਜਿਉਂ ਕੈਮਰਾ ਆਨ ਹੋਇਆ ਨਾ ਤਾਂ ਇੱਧਰ ਸਾਰੇ ਜਿਹੜੇ ਨਾ ਕੌਣ ਯਾਰ ਕੀ ਗੱਲ ਸਹੀ ਸਾਹਿਬ ਉਸਤਾਦ ਤੁਹਾਡਾ ਜਿਹੜਾ ਨਾ ਹਰ ਵੇਲੇ ਅੰਗਰੇ ਕਰਦਾ ਅੰਗਰੇ ਸਮਝਦੇ ਨਹੀਂ ਉਸਤਾਦ ਦਾ ਚੰਗਾ ਹੈ ਪਰ ਇਹਦੇ ਕੰਮ ਜਿਹੜੇ ਨਾ ਅਮਰ ਭਾਈ ਝਕਣਾ ਨੀ ਸ਼ਹੀਦ ਵੀ ਆਪਣਾ ਕੋਲ ਹੈ ਅੱਛਾ ਜੀ ਫਿਰ ਕਿਥੋਂ ਗੱਲ ਮੁੱਕੀ ਸੀ ਤੁਸੀਂ ਅੱਗੇ ਰਾਸ਼ਦ ਸਾਹਿਬ ਦੇ ਬਾਰੇ ਕੁਝ ਆਖ ਰਹੇ ਸੀ ਭਾਈ ਉਹ ਸ਼ਬਾਜ਼ ਸਾਹਿਬ ਇਸ ਬਾਰੇ 'ਚ ਰੋਸ਼ਨੀ ਪਾਣੀਏ ਕਿਉਂਕਿ ਅਸਾਂ ਨਾਲ ਤਾਂ ਮੁਲਾਕਾਤ ਨਹੀਂ ਹੋਈ ਚਲੋ ਅੱਲਾ ਪਾਕ ਉਹਨਾਂ ਦੀ ਮਾਜ਼ਰਤ ਜ਼ਰੂਰੀ ਹੈ ਨਹੀਂ ਹੁਣ ਤਾਂ ਪਲਾਨ ਖਤਮ ਕਿਉਂਕਿ ਜਿਹੜਾ ਬੰਦਾ ਪੜ੍ਹਿਆ ਬਹਿ ਕੇ ਗੱਲ ਕਰਦਾ ਮੈਨੂੰ ਡਾਊਟ ਸੀ ਦੌਰਾਨ ਦਾ ਮੈਂ ਸ਼ਬਾਜ਼ ਸਾਹਿਬ ਤੁਹਾਨੂੰ ਆਖਿਆ ਵੀ ਹੈ ਨਾ ਇਸ ਦੇ ਬੱਚੇ ਸਕੂਲ ਛੋੜਨੇ ਲਿਆਉਣੇ ਦੇ ਢੇਰ ਮਾਮਲਾਤ ਸਨ ਵੈਸੇ ਮੈਂ ਸ਼ਬਾਜ਼ ਨੂੰ ਵੀ ਉਸ ਦਿਨ ਆਖਿਆ ਮੈਂ ਵੀ ਦੌਰਾਨ ਵਾਲਾ ਕੰਮ ਮੈਨੂੰ ਕੱਚਾ ਲੱਗਦਾ ਮਗਰ ਦੌਰਾਨ ਸਾਹਿਬ ਨੂੰ ਜਿਉਂ ਫੋਨ ਕੀਤਾ ਉਹਨੀ ਘੰਟੇ ਦਾ ਟਾਈਮ ਹੈ ਉਤਰਨਾ ਚਾਹੀਦਾ ਹੁਣ ਸ਼ਹੀਦ ਵੀ ਐਕਸਾਈਟਡ ਸੀਗੇ ਰਾਸ਼ਦ ਭਾਈ ਆ ਰਹੇ ਰਾਸ਼ਦ ਭਾਈ ਅਲੀ ਬੇਗ ਵਾਲੇ ਆ ਰਹੇ ਮਗਰ ਚਲੋ ਕੋਈ ਨੀ ਰਾਸ਼ਦ ਸਾਹਿਬ
ਨੈਕਸਟ ਇਨਸ਼ਾਅੱਲਾ ਜ਼ਿੰਦਗੀ ਰਹੀ ਤੇ ਪਹਿਲਾ ਕੁਐਸਚਨ ਪੁੱਛਿਆ ਭਾਈ ਰਾਸ਼ਦ ਜੀ ਨਾਲ ਹੀ ਇਹ ਗੱਲ ਹੈ ਇਹ ਗੱਲ ਹੈ ਜਨਾਬ ਖਾਣਾ ਜਿਹੜਾ ਨਾ ਆ ਗਿਆ ਮੇਨ ਕੋਰਸ ਦੀ ਡਿਸ਼ ਵੀ ਆ ਗਈ ਹੈ ਅੱਲਾ ਖੈਰ ਰੱਖਿਆ ਮੇਰੇ ਲੈਮ ਕੜਾਈ ਆਈ ਹੈ ਦੂਸਰੀ ਦੌਰਾਨ ਬੇਟੇ ਵਾਸਤੇ ਦੌਰਾਨ ਬਾਅਦ ਜਗ੍ਹਾ ਬਣਾ ਲਈ ਮੈਂ ਬਾਅਦ ਮੈਂ ਖਾ ਲੈ ਦੌਰਾਨ ਬਾਅਦ ਖਾ ਲੈਣਾ ਨਾ ਉਹ ਖਾਂਦਾ ਰਹਿੰਦਾ ਹੈ ਸੈਟਿੰਗ ਹੋ ਰਹੀ ਹੈ ਇਹ ਦੇਖੋ ਜਨਾਬ ਭਾਈ ਸਾਜੇ ਤੇ ਸੁਭਾਸ਼ ਸਾਹਿਬ ਸੈਟਿੰਗ ਕਰਨਗੇ ਹੋ ਗਈ ਹੈ ਜੀ ਸੈਟਿੰਗ ਚਲੋ ਠੀਕ ਹੈ ਜੀ ਜਿਸ ਤਰ੍ਹਾਂ ਮਰਜ਼ੀ ਕਰੋ ਸਾਨੂੰ ਕੀ ਇਤਰਾਜ਼ ਹੈ ਜੀ ਆ ਜਾ ਦੂਈ ਵੀ ਹੋਗਾ ਚਿਕਨ ਕੜਾਈ ਵੀ ਆ ਗਈ ਹੈ ਇੱਧਰ ਲੈਮ ਕੜਾਈ ਆ ਗਈ ਹੈ ਉੱਧਰ ਰੋਟੀ ਨਾਨ ਭਾਜਲ ਹਰ ਸ਼ੈ ਠੀਕ ਹੈ ਜੀ ਨਹੀਂ ਜਨਾਬ ਖਾਣਾ ਮਾਸ਼ਾਅੱਲਾ ਜਾਰੀ ਹੈ ਕਿਸਮ ਦੀ ਜਨਾਬ ਲੈਮ ਕੜਾਈ ਚਿਕਨ ਕੜਾਈ ਹਾਂ ਜੀ ਦਨਾਨ ਸਾਹਿਬ ਜ਼ਬਰਦਸਤ ਇਹ ਦਨਾਨ ਸਾਹਿਬ ਵਾਸਤੇ ਸਪੈਸ਼ਲ ਚਿਕਨ ਕੜਾਈ ਇਹਨਾਂ ਵਾਸਤੇ ਬਣੀ ਹੈ ਸ਼ਬਾਜ਼ ਸਾਹਿਬ ਅਮਰ ਸਾਡੇ ਵਾਸਤੇ ਤੇ ਰਾਸ਼ਦ ਵਾਸਤੇ ਨਾ ਲੈਮ ਕੜਾਈ ਬਣਾਈ ਗਈ ਹੈ ਜਿਹੜੀ ਰਾਸ਼ਦ ਸਾਹਿਬ ਦਾ ਨਸੀਬਾ ਹੀ ਨਹੀਂ ਸੀ ਦੁਆ ਦਿੱਤੀ ਜੀ ਅਮਰ ਸਾਹਿਬ ਨੇ ਸ਼ਹੀਦ ਵੀ ਦੁਆ ਦਿੱਤੀ ਚਲੋ ਹੁਣ ਅਸੀਂ ਖਾਣੇ ਆ ਬੇ ਸ਼ਾਨੀ ਭਾਈ ਪਹਿਲਾਂ ਸ਼ਾਨੀ ਭਾਈ ਨੂੰ ਵੀ ਬੇਸਕਾਰ ਰਹੇ ਹਾਂ ਅਸੀਂ ਚਲੋ ਸ਼ਾਨੀ ਭਾਈ ਕੋਈ ਨੀ ਫਿਰ ਦੁਬਾਰਾ ਮਿਲ ਲਾਂਗੇ ਇਨਸ਼ਾਅੱਲਾ ਜਨਾਬ ਅਲਹਮਦੁਲਿਲਾ ਜ਼ਬਰਦਸਤ ਕਿਸਮ ਦਾ ਖਾਣਾ ਖਾਧਾ ਗਿਆ ਉਹਨਾਂ ਦਾ ਲਾਹੌਰੀ ਕੜਾਈ ਵਾਲਿਆਂ ਦਾ ਜਿਹੜਾ ਸਿਸਟਮ ਹੈ ਜਨਾਬ ਇੱਥੇ ਅਸੀਂ ਖਾਣਾ ਖਾਧਾ ਬਹੁਤ ਜ਼ਬਰਦਸਤ ਕਿਸਮ ਦੀ ਸਾਹਿਦ ਭਾਈ ਅਤੇ ਸਾਜਿਦ ਸਾਹਿਬ ਨੇ ਬਹੁਤ ਅੱਛਾ ਮਾਸ਼ਾਅੱਲਾ ਖਾਣਾ ਖਿਲਾਇਆ ਜਨਾਬ ਬਹੁਤ ਮਜ਼ਾ ਆਇਆ ਸਾਹਿਬ ਅਸੀਂ ਫਿਰ ਤੁਰ ਰਹੇ ਹਾਂ ਹੁਣ ਮਾਨਚੈਸਟਰ ਦੀਆਂ ਰੋਡਾਂ ਦਾ ਇੱਧਰ ਹੈ ਜਨਾਬ ਦੇਸੀ ਸਟਾਈਲ ਜਨਾਬ ਡਿਜਿਸਟਾ ਪਤਾ ਨਹੀਂ ਕੀ ਜੋ ਵੀ ਹੈ ਇੱਥੇ ਲਿਖੇ ਆ ਜਨਾਬ ਲਾਹੌਰੀ ਚਾਏ ਛਾਏ ਮਗਰ ਸਾਡੀ ਟੀਮ ਜਿਹੜੀ ਹੈ ਨਾ ਉਹ ਅਗਲੇ ਪਾਸੇ ਦੇਖੋ ਇੱਥੇ ਲਿਖੇ ਆ ਲਾਹੌਰੀ ਚਾਏ ਛਾਏ ਜਨਾਬ ਮਟਕਾ ਕੁਲਫੀ ਅਤੇ ਫਲੂਦਾ ਅਤੇ ਯੇ ਉਹ ਪਤਾ ਨਹੀਂ ਕੀ ਹੈ ਇੱਥੇ ਠੀਕ ਹੈ ਜੀ ਪਰ ਹੁਣ ਅਸੀਂ ਆਪਣੀ ਆਵਾਮ ਜਿਹੜੀ ਸਾਡੀ ਹੈ ਨਾ ਉਹ ਗਰੁੱਪ ਸਾਡਾ ਉਹ ਖਲੋਤੇ ਅੱਗੇ ਹੁਣ ਇਸ ਪਾਰਟੀ ਦਾ ਨਹੀਂ ਪਤਾ ਵੀ ਇਹ ਕਿੱਥੇ ਜਾਣਾ ਚਾਹੁੰਦੇ ਨੇ ਤਾਂ ਇਹਨਾਂ ਦਾ ਕੀ ਮਿਸ਼ਨ ਹੈ ਕਿਉਂਕਿ ਅਸੀਂ ਹੁਣ ਥਾ ਗਏ ਥੋੜ੍ਹੀ ਵਾਕਸ਼ਾਪ ਕਰੋ ਤਾਂ ਪੈਦਲ ਮੋੜੇ ਗੱਡੀਆਂ ਹੀ ਬੈਠ ਲੱਗਿਆ ਮੈਂ ਹਾਂ ਵਾਸਤਾ ਜੀ ਹੁਣ ਥੋੜ੍ਹੀ ਗੱਡੀ ਵੀ ਡਰਾਈਵ ਕਰਨੀ ਹੈ ਬਾਅਦ ਫਿਰ ਤਾਂ ਹੁਣ ਥੋੜ੍ਹਾ ਪੈਦਲ ਚਲੋ ਹਾਂਜੀ ਕੀ ਮਾਮਲਾਤ ਪਹੁੰਚਾਉਂਦੇ ਮੈਂ ਤਾਂ ਵਿਆਦਾਰ ਜਨਾਬ ਹੈ ਰਵਾ ਉਸਤਾਦ ਸ਼ਗਿਰਦ ਕੋਈ ਲੱਗਦਾ ਮੀਟਿੰਗ ਗਹਿਰੀ ਹੋ ਰਹੀ ਹੈ ਉਸਤਾਦ ਜੀ ਹੈ ਨਾ ਰੱਖ ਹੋਏ ਸਾਨੂੰ ਦੱਸਦੇ ਨਹੀਂ ਤੁਹਾਡੇ ਹਾਲ ਆ ਸੀ ਤੁਹਾਨੂੰ ਬਾਜ਼ੇ ਮਾਰਦੇ ਹਾਂ ਫਿਰ ਮੈਂ ਉਸਤਾਦ ਸ਼ਗਿਰਦ ਕੋਈ ਗੂੜੀ ਮੀਟਿੰਗ ਚੋਂ ਅੱਛਾ ਅੱਛਾ ਜੀ ਅੱਛਾ ਅੱਛਾ ਚਲੋ ਠੀਕ ਹੋ ਗਿਆ ਜਨਾਬ ਇਹ ਕਿਹੜੀ ਰੋਡ ਹੀ ਸਹੀ ਸਟਾਕਪੁਰ ਰੋਡ ਤਾਂ ਫਿਰ ਰਹੀ ਹੈ ਆਵਾਮ ਜੀ ਹੈ ਜੀ ਸਟਾਕਪੁਰ ਰੋਡ ਹੈ ਜਨਾਬ ਇੱਥੇ ਹੁਣ ਚਾਏ ਸ਼ਾਇਦ ਤੂੰ ਲੰਘ ਆਇਆ ਤਾਂ ਹੁਣ ਅੱਗੇ ਤੱਕਦੇ ਹਾਂ ਕੜਕ ਹੈ ਜਾਂ ਦੇਸੀ ਹੈ ਜਾਂ ਵਲੈਤੀ ਮਾਹੌਲ ਤਾਂ ਸ਼ਾਇਦ ਲੈ ਕੇ ਜਾ ਰਹੇ ਠੀਕ ਹੈ ਜੀ ਇਹ ਜਨਾਬ ਸਟਾਕਪੁਰ ਰੋਡ ਦਾ ਚਾਚਾ ਐਂਡ ਉਹਦੇ ਨਾਲ ਜਨਾਬ ਟੇਕ ਵੇ ਹੈ ਲਾਹੌਰੀ ਸਵਾਦ ਵਿੱਚ ਸਾਹਮਣੇ ਉਹਨਾਂ ਲਿਖੇ ਆ ਜੀ ਆਇਆਂ ਨੂੰ ਕਾਫੀ ਵਰਾਇਟੀਆਂ ਨੇ ਇੱਥੇ ਮਹਾਰਾਸ਼ੀ ਦੇ ਫਿਰ ਹੁਣ ਇਹ ਥੋੜ੍ਹਾ ਨਾਲ ਜਿਹੜਾ ਨਾ ਇਹ ਫਿਰ ਤੁਰ ਕੇ ਅਸੀਂ ਮਾਹੌਲ ਬਣਾ ਲਵਾਂਗੇ ਆਪਣਾ ਇਨਸ਼ਾਅੱਲਾ ਅਤੇ ਜਨਾਬ ਭਾਈ ਉਰੀ ਲੈ ਕੇ ਆਏ ਜੇ ਚਾਏ ਵਾਲਾ ਤਾਂ ਠੀਕ ਹੈ ਜੀ ਹੁਣ ਚਾਏ ਵਾਲਾ ਤੋਂ ਜਾ ਕੇ ਚਾਏ ਦਾ ਆਰਡਰ ਹੋ ਸੀ ਤਾਂ ਚਾਹ ਇੱਥੇ ਜਾ ਕੇ ਪੀਤੀ ਜਾਏਗੀ ਠੀਕ ਹੈ ਜਨਾਬ ਇਹ ਸਿਸਟਮ ਹੈ ਇਹਨਾਂ ਦਾ ਚਾਏ ਵਾਲਾ ਜਨਾਬ ਹੁਣ ਪਤਾ ਨਹੀਂ ਕੀ ਸਲਾਹ ਹੋ ਰਹੀ ਹੈ ਤਾਂ ਕੀ ਅੱਛਾ ਨਿੰਬੂ ਪਾਣੀ ਵੀ ਇਹਨਾਂ ਕੋਲ ਹੈ ਜਨਾਬ ਨਿੰਬੂ ਪਾਣੀ ਇਹ ਮੇਲਾ ਉਹ ਜਿਹੜਾ ਬੋਬੋ ਸ਼ੋਬੋ ਚਾਏ ਵਾਲਾ ਇਹ ਕੀ ਹੈ ਸਲੈਸ਼ ਹੈ ਜਾਂ ਕੀ ਹੈ ਪਤਾ ਨਹੀਂ ਪਰ ਜਾਂ ਬੋਬੋ ਸ਼ੋਬੋ ਉਹ ਪਤਾ ਇੱਕ ਟਾਈਮ ਬੜਾ ਰੋਲਾ ਪਿਆ ਸੀ ਬੋਬੋ ਸ਼ੋਬੋ ਦਾ ਆ ਜਾਓ ਜੀ ਆ ਜਾਓ ਜਿੱਥੇ ਉਸਤਾਦ ਹੋਈ ਸ਼ਗਿਰਦ ਉਹ ਚਲੋ ਮੈਂ ਕਰ ਲੈਂਦਾ ਉਧਰੋਂ ਆਪੇ ਸੋਟਡ ਇਹਨਾਂ ਦਾ ਫੱਡਾ ਬਣ ਜਾਂਦਾ ਇੱਕ ਤਾਂ ਨਿੱਕੀ ਨਿੱਕੀ ਗੱਲ ਤੂੰ ਫੱਡੇ ਬਣਾ ਲੈਂਦੇ ਨੇ ਮੁੜੇ ਆਪਸ ਇਹ ਜਨਾਬ ਅੰਦਰ ਇਹਨਾਂ ਦਾ ਸਿਸਟਮ ਹੈ ਤਾਂ ਖਾਲੀ ਫਿਲਹਾਲ ਸਾਡਾ ਜਿਹੜਾ ਤਰੰਡਾ ਇਹ ਹੀ ਆਇਆ ਠੀਕ ਹੈ ਜਨਾਬ
ਮਾਸ਼ਾਅੱਲਾ ਇਥੋਂ ਚਾਹ ਸ਼ਾਹ ਪੀਏ ਕਿਉਂਕਿ ਖਤਮ ਸ਼ਰੀਫ ਸੋਹਣਾ ਹੋ ਗਿਆ ਉੱਥੇ ਦੁਆ ਸ਼ੁਆ ਖੀਏ ਬੈਠੇ ਹਾਂ ਗੱਪ ਸ਼ੱਪ ਹੋਈ ਹੈ ਕਿਉਂਕਿ ਉਹਨਾਂ ਘਰ ਦਾ ਨਹੀਂ ਸੀ ਇੰਤਜ਼ਾਮ ਹੋਟਲ ਦਾ ਹੀ ਰੱਖਿਆ ਸੀ ਇੰਤਜ਼ਾਮ ਤਾਂ ਚਲੋ ਅੱਲਾ ਪਾਕ ਉਹਨਾਂ ਦੀ ਤਮਾਮ ਮੁਸ਼ਕਲਾਂ ਆਸਾਨ ਕਰੇ ਅਤੇ ਅੱਲਾ ਪਾਕ ਖੈਰ ਅਤੇ ਜਨਾਬ ਡਿਜ਼ਰਟ ਦੀਆਂ ਚੀਜ਼ਾਂ ਵੀ ਭੈਣ ਪਈਆਂ ਇਹ ਕੇਕ ਪੇਸਟਰੀਆਂ ਵਗੈਰਾ ਹੁਣ ਛੋਟੇ ਮੋਟੇ ਸੌਦੇ ਹੋਰ ਵੀ ਬੜੇ ਪਏ ਨੇ ਇਹ ਜਨਾਬ ਅਸੀਂ ਇੱਥੋਂ ਆਰਡਰ ਦੇ ਦਿੱਤਾ ਇਹ ਬੀਬੀ ਨੇ ਆਰਡਰ ਲਿਆ ਤਾਂ ਇਹਨਾਂ ਨੂੰ ਅਸੀਂ ਰੈਗੂਲਰ ਕੜਕ ਚਾਹ ਆਖਿਆ ਇਹ ਕੀ ਚੀਜ਼ ਹੈ ਜੀ ਪਿਓਰ ਹਨੀ ਵੀ ਰੱਖੇ ਆ ਇਹਨਾਂ ਨੇ ਨਾ ਇਹ ਦੇਖੋ ਪਿਓਰ ਹਨੀ ਵੀ ਰੱਖੇ ਆ ਇਹ ਜਨਾਬ ਸਟਾਕਪੁਰ ਰੋਡ 'ਤੇ ਚਾਹ ਵਾਲਾ ਇੱਥੋਂ ਚਾਹ ਸ਼ਾਇਦ ਹੀ ਤੁਹਾਜ਼ਾ ਸੀ ਉਸ ਤੋਂ ਬਾਅਦ ਜਿਹੜਾ ਨਾ ਬਾਕੀ ਮਾਮਲਾ ਤਾਂ ਇਹਨਾਂ ਨੇ ਮੈਂਗੋ ਫਲੂਦਾ ਦਾ ਜੇ ਉਹ ਵੀ ਰੱਖੇ ਹੈ ਬਲ ਅਸੀਂ ਸਿਰਫ ਚਾਹ ਦਾ ਇਤਮਾਮ ਕੀਤਾ ਚਾਹ ਪੀਵਾਂਗੇ ਉਸ ਤੋਂ ਬਾਅਦ ਥੋੜ੍ਹਾ ਜਿਹਾ ਕੋਈ ਇਹਨਾਂ ਨਾਲ ਮੁੰਡਿਆਂ ਨਾਲ ਗੱਲ ਉਸ ਤੋਂ ਬਾਅਦ ਇਨ ਸ਼ਾਅੱਲਾ ਜਲਦ ਲਵਾਂਗੇ ਕਾਫੀ ਟਾਈਮ ਹੋ ਗਿਆ ਹੁਣ ਫਿਰ ਟੋਰ ਲਿਆ ਮੁੰਡਿਆਂ ਨਾਲ ਮੁਲਾਕਾਤ ਹੋ ਗਈ ਹੈ ਅਤੇ ਬਾਕੀ ਇਨ ਸ਼ਾਅੱਲਾ ਬਾਅਦ ਦੱਸਦੇ ਜੀ ਇਹ ਚਾਹੇ ਆ ਗਈ ਹੈ ਚਾਹੇ ਦੇ ਉੱਪਰ ਸਹੀਦ ਨਾਲ ਜਿਹੜੇ ਨੇ ਉਹ ਮੁਕਾਲਮਾ ਚੱਲ ਰਿਹਾ ਸਹੀਦ ਸਾਹਿਬ ਦਾ ਇਹਦੇ ਉਸਤਾਦ ਏ ਮੋਹਤਰਮ ਆਜੀ ਆਜ ਸਾਹਿਬ ਤੁਸੀਂ ਆਪਣੀ ਇੱਜ਼ਤ ਕਰਾਓ ਤੇ ਮੁੱਛਾਂ ਨੂੰ ਜਿਹੜਾ ਵੱਟ ਦੇਣਾ ਮੇਰੇ ਸਾਹਮਣੇ ਘੱਟ ਕਰੋ ਨਹੀਂ ਜਾਨ ਜਾਣੇ ਜਾਨ ਅਸੀਂ ਮੰਨਣੇ ਆ ਮਗਰ ਉਹ ਮੈਂ ਆਖ ਰਿਹਾ ਮੁਕਾਲਮਾ ਪਿਆਰ ਇਸ਼ਕ ਤੇ ਜੀ ਕੀ ਫਰਮਾਇਆ ਕੋਈ ਫਿਰ ਫਰਮਾਇਆ ਸਹੀਦ ਭਾਈ ਨੇ ਸਾਡੇ ਜੀ 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 ਇਹ ਤੱਕ ਹੁਣ ਮੈਂ ਆਪ ਬਤਾ ਜੀ ਭਾਈ ਠੀਕ ਹੈ ਭਾਈ ਤੇ ਗੁੱਸੇ ਨਾਲ ਤਾਂ ਪਿਆਰ ਮੈਂ ਬਤਾ ਮੈਂ ਕਿਹੜਾ ਗੁੱਸਾ ਕਰ ਭਾਈ ਜਾਨ ਬਿਗ ਬ੍ਰੋ ਤੁਸਾਂ ਨਾਲ ਕਿਹੜਾ ਗੁੱਸਾ ਕਰ ਬੜੀ ਮਿਹਰਬਾਨੀ ਜਜ਼ਾਕ ਅੱਲਾ ਲਿੱਤਾ ਜਾ ਰਿਹਾ ਤੇ ਯਾਰਾ ਕਿਦਾ ਅੱਜ ਹੀ ਉਹਨਾਂ ਨੂੰ ਪਤਾ ਨਹੀਂ ਅੱਲਾ ਖੈਰ ਰੱਖਿਆ